ਕਿਸਾਨ ਸਾਥੀਓ 23 ਮਾਰਚ ਪੰਜਾਬ ਹੀ ਨਹੀਂ ਪੂਰੇ ਭਾਰਤਵਰਸ਼ ਦੇ ਵਿੱਚ ਸ਼ਹੀਦੀ ਦਿਹਾੜੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਾਡੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ, ਸ਼੍ਰੀ ਰਾਜਗੁਰੂ ਤੇ ਸ਼੍ਰੀ ਸੁਖਦੇਵ ਜੀ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਸ ਦਾ ਪ੍ਰਣ ਲੈਣੇ ਹੈ। ਇਸ ਦਿਨ ਪੰਜਾਬ ਸਰਕਾਰ ਨੇ ਪੰਜਾਬ ਨੂੰ ਕ腐ਸ਼ਨ ਫ੍ਰੀ ਕਰਨ ਵਾਸਤੇ ਰਿਸ਼ਵਤਖੋਰੀ ਫ੍ਰੀ ਕਰਨ ਵਾਸਤੇ ਪੰਜਾਬ ਦੇ ਵਿੱਚ ਇਹ ਪੈਸੇ ਦੇ ਨਾਲ ਸ਼ਪਾਸ਼ ਦੇ ਨਾਲ ਹੋਣ ਵਾਲੇ ਕੰਮਾਂ ਨੂੰ ਠੱਲ ਪਾਉਣ ਦੇ ਲਈ ਇੱਕ ਨੰਬਰ ਜਾਰੀ ਕੀਤਾ ਹੈ ਇਹ WhatsApp ਨੰਬਰ ਹੈ ਇਸੇ ਦੇ ਸਬੰਧ ਵਿੱਚ ਮੈਂ ਗੱਲ ਕਰਦਾ ਨੰਬਰ ਕੀ ਹੈ ਤੇ ਕਿਵੇਂ ਇਹਦਾ ਫਾਇਦਾ ਲੈ ਸਕਦੇ ਆ ਇਹ ਗੱਲ ਸਭ ਤੋਂ ਮਹੱਤਵਪੂਰਨ ਹੈ ਕਿਵੇਂ ਫਾਇਦਾ ਲੈ ਸਕਦੇ ਆ ਮੈਂ ਹ ਕੁਲਦੀਪ ਸਿੰਘ ਸ਼ੇਰਗਿੱਲ ਮਖਾਈ ਫਤਿਹ ਸਿੰਘ ਪੋਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਨੰਬਰ ਹੈ ਜੀ 9501 200 200 ਮੱਕੇ 9501 2 0 0 2 0 0 ਜਾਂ 9501 2000 2000 whatsapp ਨੰਬਰ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜੇਕਰ ਕੋਈ ਵਿਅਕਤੀ ਤੁਹਾਡਾ ਹੱਕ ਕਿਸੇ ਸ਼ਿਫਾਰਿਸ਼ ਦੇ ਕਰਕੇ ਰਿਸ਼ਵਤ ਦੇ ਕਰਕੇ ਜਿਹੜਾ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਉਸ ਵਿਅਕਤੀ ਜਿਹੜਾ ਰਿਸ਼ਵਤ ਖੋਰੀ ਕਰ ਰਿਹਾ ਹੈ ਉਹਦੀ ਵੀਡੀਓ ਬਣਾ ਕੇ ਜਾਂ ਜਿਹੜੋਂ ਤੁਹਾਡੇ ਤੋਂ ਰਿਸ਼ਵਤ ਮੰਗ ਰਿਹਾ ਉਹਦੀ ਆਡੀਓ ਰਿਕਾਰਡਿੰਗ ਕਰਕੇ ਇਸ ਨੰਬਰ ਤੇ ਸੈਂਡ ਕਰੋ ਤਾਂ ਪੰਜਾਬ ਸਰਕਾਰ ਜਿਹੜਾ ਹੈਗਾ ਤੁਹਾਡੇ ਨਾਲ ਹੋ ਰਿਹਾ ਧੱਕਾ ਤੋਂ ਰੁਕੇਗੀ ਰੁਕੇਗੀ ਜੇਕਰ ਉਹ ਵਿਅਕਤੀ ਵਾਕਿਆ ਹੀ ਦੋਸ਼ੀ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਤੁਹਾਡਾ ਨਾਮ ਇਸ ਦੇ ਵਿੱਚ ਗੁਪਤ ਰੱਖਿਆ ਜਾਏਗਾ ਠੀਕ ਹੈ ਹੁਣ ਬੇਨਤੀ ਕਰਾਂਗਾ ਕਿ ਇੱਕ ਕੰਮ ਨਾ ਕਰਿਓ ਇਹ ਗੁੱਡ ਮਾਰਨਿੰਗ ਕੀ ਹਾਲ ਨੇ ਹੈਪੀ ਹੋਲੀ ਹੈਪੀ ਦੀਵਾਲੀ ਹੈਪੀ ਇਸ ਤਰੀਕੇ ਦੇ ਮੈਸੇਜ ਇਸ ਨੰਬਰ ਤੇ ਨਾ ਕਰਿਓ ਜੀ ਯਾਰ ਸਿਰਫ ਜੋ ਕਿਹਾ ਗਿਆ ਹੈ ਉਹ ਹੀ ਕਰਨਾ ਹੈ ਪਤਾ ਹੁੰਦਾ ਕੀ ਹੈ ਅਸੀਂ ਹੈਲੋ ਹਾਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਰਦੇ ਜਾਂ ਹੋਰ ਕਈ ਤੁਕ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਇਸ ਵਿਸ਼ੇ ਤੇ ਸਾਂਝੀਆਂ ਨਹੀਂ ਕਰਨੀਆਂ ਇਸ ਨੰਬਰ ਤੇ ਉਹਦੇ ਨਾਲ ਪਤਾ ਲੱਗਿਆ ਕਿ ਸ਼ਾਮ ਤੱਕ ਜਿਹੜਾ ਹੈਗਾ 1 ਲੱਖ ਮੈਸੇਜ ਆ ਗਿਆ ਹਜ਼ਾਰਾਂ ਬੰਦੇ ਪੰਜਾਬ ਸਰਕਾਰ ਨੇ ਭਾ ਦਿੱਤੇ ਦੇਖਣ ਵਾਸਤੇ ਕਿ ਇਸ ਨੰਬਰ ਤੇ ਕੀ ਕੀ ਮੈਸੇਜ ਆਉਂਦੇ ਆ ਤਾਂ ਜਦੋਂ ਫਾਲਤੂ ਦੇ ਮੈਸੇਜ ਇੰਨੇ ਆ ਜਾਣਗੇ ਤਾਂ ਫੇਰ ਭਾਈ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਇਹਦੇ ਕਰਕੇ ਦੋਸਤੋ ਤੁਹਾਡੇ ਨਾਲ ਜਿੱਥੇ ਵੀ ਕੋਈ ਸਰਕਾਰੀ ਵਿਅਕਤੀ ਕਿਤੇ ਟਰਾਂਸਫਾਰਮਰ ਲੈਣਾ ਹੈ ਉੱਥੇ ਕੋਈ ਜੇਈ ਪੈਸੇ ਮੰਗਦਾ ਕੋਈ ਪਟਵਾਰੀ ਹੈ ਕਾਨੂੰਗੋ ਹੈ ਤਹਿਸੀਲਦਾਰ ਹੈ ਪੰਜਾਬ ਪੁਲਿਸ ਹੈ ਖੇਤੀਬਾੜੀ ਵਿਭਾਗ ਹੈ ਖੇਤੀਬਾੜੀ ਵਿਭਾਗ ਮਰਾ ਧਿਆਨ ਮੈਂ ਇਸ ਲਈ ਜ਼ੋਰ ਦੇ ਰਿਹਾ ਹਾਂ ਕਿ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਕੀ ਕੁਸ਼ ਹੋਇਆ ਆਪਣੇ ਨਾਲ ਜਿਹੜੀ ਖੇਤੀ ਸੰਧਾਨੀ ਸਬਸਿਡੀ ਹੈ ਜੋ ਵੀ ਸਾਸੀ ਹੁਣ ਸਰਕਾਰੀ ਹਸਪਤਾਲ ਹੈ ਸਾਡੇ ਜਿੱਥੇ ਅਸੀਂ ਪਸ਼ੂਆਂ ਦਾ ਇਲਾਜ ਕਰਾਉਨੇ ਆ ਫਸਲਾਂ ਦਾ ਇਲਾਜ ਕਰਾਉਣਾ ਤੇ ਖੇਤੀਬਾੜੀ ਵਿਭਾਗ ਹੈਗਾ ਇਸੇ ਤਰੀਕੇ ਦੇ ਨਾਲ ਸਾਨੂੰ ਲੋਡ ਪੈਂਦੀ ਹੈ ਚੌਂਕੀ ਦੇ ਵਿੱਚ ਥਾਣੇ ਦੇ ਵਿੱਚ ਇਹ ਬਿਜਲੀ ਬੋਰਡ ਦੇ ਵਿੱਚ ਮੰਡੀਆਂ ਦੇ ਵਿੱਚ ਆੜਤੀਆ ਕੀ ਵਾਰੀ ਵਟਾ ਮੰਗ ਰਿਹਾ ਜਾਂ ਤੁਹਾਡੇ ਤੋਂ ਖਰੀਦ ਇਨਸਪੈਕਟਰ ਜਿਹੜਾ ਹੈਗਾ ਬਾਹਰ ਦਾ ਨਰੇ ਪੈਸੇ ਮੰਗ ਰਿਹਾ ਕਿ ਵਾਧੂ ਖਰਚਾ ਮੰਗ ਰਿਹਾ ਤਾਂ ਇਸ ਸਮੇਂ ਝਿਜਕੋ ਨਾ ਅਗਲੇ ਨਾਲ ਸੌਦਾ ਕਰੋ ਤੇ ਉਹ ਸੌਦੇ ਦੀ ਆਡੀਓ ਰਿਕਾਰਡਿੰਗ ਕਰ ਲਵੋ ਜੇ ਵੀਡੀਓ ਬਣਾ ਸਕਦੇ ਹੋ ਤਾਂ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਫਿਰ ਪੰਜਾਬ ਸਰਕਾਰ ਜਾਣੇ ਤੇ ਜਿਹੜੀ ਵੀਡੀਓ ਬਣੀ ਹੈ ਉਹ ਜਾਣੇ ਉਸ ਤੋਂ ਬਾਅਦ ਤੁਹਾਡੀ ਡਿਊਟੀ ਖਤਮ ਤੇ ਜੇ ਤੁਸੀਂ ਸਾਰੇ ਜਾਣੇ ਨਾ ਸਹੀ ਤਰੀਕੇ ਦੇ ਨਾਲ ਇਸ ਨੰਬਰ ਦੀ ਵਰਤੋਂ ਕਰੋਗੇ ਤਾਂ ਸਾਡਾ ਭਲਾ ਹੋਏਗਾ ਬਹੁਤ ਪੜਾ ਹੋਏਗਾ ਪਿੰਡਾਂ ਦੇ ਵਿੱਚ ਬਹੁਤੇ ਪਿੰਡਾਂ ਦੇ ਦੇਖਿਆ ਕਿ ਸਰਪੰਚਾਂ ਨੇ ਗਲੀਆਂ ਨਾਲੀਆਂ ਬਣਾਈਆਂ ਹੀ ਨਹੀਂ ਪੈਸੇ ਖਾ ਗਏ ਇੱਕ ਨਿੱਕੀ ਨਿੱਕੀ ਚੀਜ਼ ਯਾਰ ਮੈਂ ਕਿ ਵੀਡੀਓ ਬਹੁਤ ਲੰਬੀ ਹੋ ਜਾਊਗੀ ਕਿਸ ਕਿਹ ਜਗ੍ਹਾ ਤੇ ਕਿੰਨਾ ਕਿੰਨਾ ਕਰਾਪਸ਼ਨ ਹੈਗਾ ਜੇ ਪੰਜਾਬ ਸਰਕਾਰ ਜੋ ਉਹਦੇ ਵਾਅਦੇ ਕਹੇ ਹੈ ਜੇ ਉਸੇ ਹਿਸਾਬ ਦੇ ਨਾਲ ਪੂਰਾ ਉਤਰਦੀ ਹੈ ਤਾਂ ਹੋ ਸਕਦਾ ਹੈ ਕਿ ਇਹ ਨੰਬਰ ਜਿਹੜਾ ਪੰਜਾਬ ਨੂੰ ਕਰਾਪਸ਼ਨ ਮੁਕਤ ਕਰ ਦੇ ਉਮੀਦ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਇਸ ਨੰਬਰ ਦਾ ਲਾਹਾ ਲਓਗੇ ਖੀਰ ਤੇ ਇਹ ਨੰਬਰ 9501 200200 9501 200200 ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ